असलकुम दोस्तों क्या हाल है कैसे हो ठीक हो तबीयत से ठीक है मैं हूँ महबूब अहमद और आप देख रहे हैं मेरा YouTube चैनल विलेज विग फोर दोस्तों आज एक न्यू है एक नई वीडियो घेन के हैं बहुत ही अच्छी वीडियो है बहुत ही अच्छी और प्यारी वीडियो थी बना ली है वो वीडियो कहड़ी है तो आपको दसें लेकिन दसन तो पहले अगर सात नवे हुए को सब्सक्राइब कमेंट से लाइक कर गिनो ਆ ਦੋਸਤੋ ਚਲਦੇ ਆਂ ਵੀਡੀਓ ਦੀ ਤਰਫ ਹਾਂ ਤੇ ਦੋਸਤੋ ਤੁਹਾਨੂੰ ਦੱਸੇ ਨੇ ਪਾਛੇ ਕਿ ਅੱਜ ਵੀਡੀਓ ਬਣਾਇਆ ਸੂ ਵੀਡੀਓ ਕਹਿੰਦੀ ਏ ਵੀਡੀਓ ਇੱਕ ਯੂਟਿਊਬਰ ਦੀ ਏ ਜਿਹੜਾ ਕਿ ਆਪਣਾ ਛੋਟੀ ਜਿਹੀ ਉਮਰ ਵਿੱਚ ਬਹੁਤ ਜ਼ਿਆਦਾ ਨਾ ਕਮਾ ਚੁੱਕੇਨ ਲੇਕਿਨ ਨਾ ਕਮਾਉਣ ਦੇ ਨਾਲ ਉਹਨਾਂ ਕੋ ਇਨਸਾਨ ਦੀ ਇੱਜ਼ਤ ਇਨਸਾਨ ਦੀ ਖਿਦਮਤ ਇਨਸਾਨ ਦੀ ਇੱਜ਼ਤ ਕਰਨੀ ਨਹੀਂ ਆਈ ਕਿਆ ਏ ਉਹ ਵੀਡੀਓ ਕੌਣ ਏ ਉਹ ਯੂਟਿਊਬਰ ਸਾਰਾ ਇਹ ਵੀਡੀਓ ਦੇ ਵਿੱਚ ਲੇਕਿਨ ਵੀਡੀਓ ਦੇਖਣ ਤੋਂ ਪਹਿਲੇ ਆਉਣ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਲਾਈਕ ਕਰੇ ਸੋ ਹਾਂ ਜੀ ਦੋਸਤੋ ਕਿਹੜਾ ਹੈ ਉਹ ਯੂਟਿਊਬਰ ਜਿਹੜਾ ਇਨਸਾਨ ਦੀ ਖਿਦਮਤ ਇਨਸਾਨ ਦੀ ਇੱਜ਼ਤ ਉਹ ਕੋ ਇਨਸਾਨ ਦੀ ਕਦਰ ਵੀ ਕਹਣੀ ਕਿਹੜਾ ਯੂਟਿਊਬਰ ਹੈ ਦੱਸੋ ਚਾ ਨਰਾਜ਼ ਨਹੀਂ ਸੋ ਦੱਸਿੰਦੇ ਪਏ ਜੀਤ ਦੋਸਤੋ ਸਾਡਾ ਆਪਣਾ ਸਰਾਈਕੀ ਕਲਚਰ ਦਾ یوٹیوبر ਸਾਡੇ ਆਪਣੇ ਵਸੇਬ ਦਾ یوٹیوبر ਸਾਡਾ ਆਪਣਾ ਵਸੇਬੀ ਭਰਾ ਲੇਕਿਨ ਅਸਾਂ ਕੋ ਭਰਾ ਸਮਝਿੰਦੇ ਆ ਸੇ ਲੇਕਿਨ ਉਹ ਭਰਾਵਾਂ ਵਾਲੀ ਗੱਲਾਂ ਸਾਡੇ ਨਾਲ ਨਹੀਂ ਕੀਤੀਆਂ ਹੁਣ ਸਭ ਪਰੇਸ਼ਾਨ ਹੋ ਸੋ ਕਿ ਕਿਹੜਾ ਯੂਟਿਊਬਰ ਹੈ ਜਿਹਦੇ ਬਾਰੇ ਇਤਨਾ ਜ਼ਿਆਦਾ ਪਰਦਾ ਖੜੇ ਠੀਕ ਹੈ ਤਕ ਦੱਸੇ ਨੇ ਉਹ ਵੀ ਦੱਸੇ ਨੇ ਸਾਰਾ ਕੁਝ ਦੱਸੇ ਨੇ ਲੇਕਿਨ ਮੈਨੂੰ ਯਕੀਨ ਕਰੋ ਇਤਨਾ ਦੁੱਖ ਲੱਗ ਗਿਆ ਇਤਨਾ ਗੁੱਸਾ ਲੱਗ ਗਿਆ ਇਤਨਾ ਮੈਂ ਮੈਂ ਬਸ ਤਕ ਮੈਂ ਕੀ ਦਸਾਂ ਕੋਈ ਨਹੀਂ ਦੱਸ ਸਕਦਾ ਕਿਹੜਾ ਹੈ ਦੱਸਾਂ ਚਾਹਣ ਸਾਡਾ ਆਪਣਾ ਜੀ ਵਿਲਾ ਮੁੰਡਾ ਔਰ ਸ਼ਹਿਜ਼ਾਦ ਮੁਹੰਮਦ ਸ਼ਹਿਜ਼ਾਦ ਚੌਕ ਮੁੰਡੇ ਦੇ ਰਵਣ ਵਾਲਾ ਸੈਫ ਚੌਕ ਦੇ ਰਵਣ ਵਾਲਾ ਉਹ ਹੈ ਜੀ ਯੂਟਿਊਬਰ ਸਾਡਾ ਛੋਟ ਜਿਹਾ ਮਰਚ ਬਹੁਤ ਜ਼ਿਆਦਾ ਨਾ ਕਮਾਉਣ ਵਾਲੇ ਲੇਕਿਨ ਅੱਲਾਹ ਤਾਲਾ ਕੋ ਇਜ਼ਤ ਦਿੱਤੀ ਹੈ ਲੇਕਿਨ ਉਹ ਇਜ਼ਤ ਕੋ ਕਾਬੂ ਨਹੀਂ ਕਰ ਸਕਦਾ ਪਿਆ ਇਜ਼ਤ ਮੇਰੇ ਅੱਲਾਹ ਤਾਲਾ ਦੇ ਹੱਥੇ ਚ ਉਹਦੇ ਹੱਥੇ ਚ ਉਹ ਜਿਸ ਟਾਈਮ ਚਾਵੇ ਗੇਨ ਸਕਦਾ ਜਿਸ ਟਾਈਮ ਛੋੜੇ ਦੇ ਸਕਦੇ ਉਹ ਬੇਨਿਆਜ਼ ਹੈ ਉਹ ਸਾਰਾ ਕੋਈ ਦੇਵਣਾਲੇ ਲੇਕਿਨ ਇਨਸਾਨ ਕੋ ਦੀ ਕਦਰ ਕਰਨੀ ਚਾਹੀਏ ਕੀ ਐਸਾ ਛੋਟੇ ਯੂਜ਼ਰ ਹੈ ਉਹ ਵੱਡਾ ਯੂਜ਼ਰ ਹੈ ਕੋ ਕਹਿ ਉਤੋਂ ਗੈਨ ਕੇ ਗੈਨ ਅਸਾਂ ਤੁਸਾਂ ਗੈਨ ਕੇ ਗਏ ਆਜੋ ਸਾਡੀ ਪਹਿਚਾਨ ਵੀ ਨਹੀਂ ਕਰਦਾ ਸਾਡੀ ਚਲੋ ਇੱਜ਼ਤ ਆ ਇੱਜ਼ਤ ਰਹਿ ਗਈ ਚਲੋ ਬੰਦਾ ਦੁਸ਼ਮਣ ਕੋਲ ਵਹਿੰਦੇ ਉਹਦੇ ਕੋਲ ਪਾਣੀ ਤਾਂ ਪਹੁੰਚ ਗਿੰਦੇ ਕਿ ਭਾਈ ਤੁਸੀਂ ਪਾਣੀ ਪੀਸੋ ਜਾਂ ਕਿਹ ਸਿਸਟਮਿਕ ਕਿਵੇਂ ਆਵੇ ਕਿਵੇਂ ਨਹੀਂ ਆਇਆ ਯਕੀਨ ਕਰੋ ਉਹਨਾਂ ਦੀ ਦੁਕਾਨ ਤੇ ਗਏ ਡੇਢ ਘੰਟਾ ਥੀ ਗਏ ਅਸੀਂ ਬੈਠੇ 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 ਕਿਸੇ ਸਾਡੇ ਕੋਲੇ ਨਹੀਂ ਪੁੱਛਿਆ ਭਜਨ ਕਿੱਥੋਂ ਆਏ ਵੇ ਪਾਣੀ ਪੀਸੋ ਬਾਸੋ ਕੀ ਸਿਸਟਮ ਹੈ ਤਾਂ ਕੀ ਇਹਦਾ ਕੀ ਮਕਸਦ ਹੈ ਕਿ ਅੱਲਾਹ ਤਾਲਾ ਜੀ ਕੋ ਇਜ਼ਤ ਦੇਂਦੇ ਜੀ ਕੋ ਪੈਸਾ ਦੇਂਦੇ ਉਹ ਬੈ ਦੀ ਕਦਰ ਕਰਨਾ ਛੋੜ ਦੇਵੇ ਮੈਂ ਗਲਤ ਗਾਲ ਹੈ ਤਾਂ ਸਾਰੀ ਸਟੋਰੀ ਦੱਸੇ ਨੇ ਸ਼ਹਾਜ਼ਾਦ ਦੀ ਕਿ ਉਹ ਕਿਵੇਂ ਉਤੂ ਤੇ ਆਇਆ ਕਿਵੇਂ ਉਹ ਵੱਡਾ ਯੂਟਿਊਬਰ ਬਣੇ ਉਹਦੀ ਕੀ ਬੈਕਗ੍ਰਾਉਂਡ ਹੈ ਉਹਦਾ ਸਾਰਾ ਬੈਕਗ੍ਰਾਉਂਡ ਤੱਕ ਦੱਸੇ ਸੂ ਲੇਕਿਨ ਇਹ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੋਂ ਵਾਤ ਵਾਤ ਤੋਂ ਕੁਆਦਾ ਪੈਸਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ ਕਮੈਂਟ ਤੇ ਲਾਈਕ ਕਰੇ ਸੋ ਜ਼ਰੂਰ ਉਹ ਕਹਿੰਨਾ ਕਰਸਣ ਜਿਹੜਾ ਸ਼ਹਿਜ਼ਾਦ ਦੇ ਰਿਪੋਰਟਰ ਹੈ ਨੇ ਅਸਾਂ ਵੀ ਹੁੰਦੇ ਹੈ ਪੇ ਅਸਾਂ ਵੀ ਸਬਸਕ੍ਰਾਈਬਰ ਹੈ ਉਹਨਾਂ ਦੇ ਅਸਾਂ ਨੂੰ ਸਬਸਕ੍ਰਾਈਬ ਵੀ ਕੀਤਾ ਹੈ ਲੇਕਿਨ ਉਹਨਾਂ ਦੀ ਵੀਡੀਓ ਵੀ ਦੇਦੇ ਹੈ ਉਹਨਾਂ ਨੂੰ ਕਮੈਂਟ ਲਾਈਕ ਵੀ ਕਰਨੇ ਹੈ ਲੇਕਿਨ ਅਫਸੋਸ ਲੱਗੇ ਕਿ ਐਸਾ ਉਹਨਾਂ ਦੇ ਕੋਲ ਟੁਰ ਕੇ ਗਏ ਲੇਕਿਨ ਸਾਡੀ ਇੱਜ਼ਤ ਨਹੀਂ ਕੀਤੀ ਕਿਉਂ ਗਿਆ ਸੇ ਤਾਂ ਕੋਈ ਦੱਸ ਦੇਣੇ ਅਸਾਂ ਗਿਆ ਸੇ ਕਿ ਉਹਨਾਂ ਕੋਲ ਅੱਜ ਵੈਨੇ ਚਲੋ ਇੱਕ ਵਲਾਗਸ ਵਗੈਰਾ ਉਹਨਾਂ ਨਾਲ ਬਣਾ ਕੇ ਆ ਸੋ ਇੱਕ ਵੀਡੀਓ ਬਣਾ ਕੇ ਆ ਸੁਨਾ ਦੇ ਇਕੱਠੇ ਜਿਸ ਸਮੇਂ ਸੁਨਾ ਦੇ ਕੋਲ ਪਹੁੰਚ ਗਏ ਜਨਾਬ ਹੋਰੀ ਆ ਗਏ ਨਾ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਬੈਗ ਗਨ ਸਾਈ ਹਾਲ ਸਾਈ ਭਾਈ ਜਨ ਕਿਵੇਂ ਆਏ ਵੇ ਅਸਾ ਕੇ ਸਾਈ ਇਵੇਂ ਵੀਡੀਓ ਬਣਾਵਣੀ ਸੀ ਤੁਹਾਡੇ ਇਕੱਠੇ ਤੇ ਮਿਲਣ ਆਏ ਉਹਨਾਂ ਸਾ ਕੋ ਆ ਕੇ ਸਾਈ ਵੀਡੀਓ ਤਾਂ ਸਭ ਬਣਾ ਸਕਣਾ ਜੇਕਰ ਬਣਾਸੂ ਤਾਂ ਉਹਦੀ ਪੈਸਾ ਗਿਣਸੂ ਕੀ ਗਿਣਸੂ ਪੈਸਾ ਸਹੀ ਆਸਾ ਕੋਈ ਮਸਲਾ ਨਹੀਂ ਭਾਈ ਜਨ ਕਿੰਨੇ ਪੈਸੇ ਗਿਣਸੋ ਇੱਕ ਵੀਡੀਓ ਦੇ ਉਹਨਾਂ ਕਸਾਈ ਇੱਕ ਵੀਡੀਓ ਦੇ 6000 ਰੁਪਏ ਗੈਨਸੂ ਕਿਤਨੇ ਇਹ ਪੰਜਨ ਇੱਕ ਡੂਰ ਲੈਣੇ ਇੱਕ ਚਲੋਇਰੇ ਲਾਗਿੰਦੇ 6000 ਰੁਪਿਆ ਅੱਛਾ ਸਾਈਂ ਵਲਾਸ ਸਾਈਂ ਅਗਰ ਉਹ ਅਸਾਂ YouTube ਤੇ ਅਪਲੋਡ ਕਰੈਸੂ ਅਗਰ Facebook ਕਮੈਂਟ ਵਿੱਚ ਵੀਡੀਓ ਲਵੈਸੋ ਤਾਂ ਉਹਨਾਂ 4000 ਰੁਪਏ ਗੈਨਸੂ ਕੀ ਕੋਈ ਮਕਰੇਂਦਾ ਕਹਿੰਦੇ ਨਾਲ ਨਹੀਂ ਕਰੇਂਦਾ ਕੋਈ ਨਹੀਂ ਕਰੇਂਦਾ ਤਾਂ ਦੋਸਤੋ ਅਸਾਂ ਉਹਦੇ ਤੇ ਹੀਟ ਨਹੀਂ ਕਰਦੇ ਪਏ ਜੈਲਸ ਨਹੀਂ ਸਥਿੰਦੇ ਪਏ ਹੱਸਰ ਨਹੀਂ ਸਕਦੇ ਪਏ ਅੱਲਾਹ ਤਾਲਾ ਬੇਨਿਆਜ਼ ਹੈ ਅੱਲਾਹ ਕੋਈ ਇਜ਼ਤ ਦਿੱਤੀ ਹੈ ਅੱਲਾਹ ਸਾ ਕੋਈ ਇਜ਼ਤ ਦੇਸੀ ਅੱਲਾਹ ਦਿੱਤੀ ਵੀ ਹੈ ਨਹੀਂ ਕਿ ਨਹੀਂ ਦਿੱਤੀ ਲੇਕਿਨ ਜ਼ਰੂਰੀ ਨਹੀਂ ਕਿ ਬੰਦਾ ਪੈਸੇ ਦੇ ਪਿੱਛੇ ਵੰਜੇ ਪੈਸੇ ਦਾ ਭੁੱਖ ਹੋਵੇ ਨਹੀਂ ਗਲਤ ਹੈ ਇਨਸਾਨ اخلاق ਮੁਹੱਬਤ ਦਾ ਭੁੱਖ ਹੋਣਾ ਚਾਹੀਦਾ ਪੈਸਾ ਕਹਿੰਦੇ ਕੋਲ ਕਹ ਨਹੀਂ ਪੈਸਾ ਕੰਜਰਾ ਕੋਲ ਵੀ ਹੈ ਜਿਹੜੇ ਕੰਜਰ ਇਹਨਾਂ ਕੋਠੀ ਤੇ ਬੈਠੇ ਨੇ ਕੋਠੀਆਂ ਤੇ ਬੈਠੇ ਨੇ ਉਹਨਾਂ ਕੋਲ ਵੀ ਪੈਸਾ ਹੈ ਔਰ ਇਹਦੇ ਕੋਲ ਜ਼ਿਆਦਾ ਹੋਸੀ ਠੀਕ ਹੈ ਇੰਦੇ ਕੋਲ ਕੋਈ ਜ਼ਿਆਦਾ ਹੁਸਕੀ ਹੈ ਇਸੇ ਲੇਕਿਨ ਅਫਸੋਸ ਲੱਗੇ ਕਿ ਉਹ ਸਾਡੇ ਨਾਲ ਇਵੇਂ ਨਾ ਹੀ ਕਰਨਾ ਜਿਵੇਂ ਸਾਡੇ ਨਾਲ ਕੀਤੀ ਸੀ ਮੇਰੀ ਬਾਹ ਵੀ ਥੱਕ ਗਈ ਹੈ ਕੈਮਰਾ ਰੱਖ ਰੱਖ ਕੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਲਾਈਕ ਕਰਨੇ ਲਾਜ਼ਮਨ ਭਾਈ ਜਾਨ ਐ ਸਾਡੀ ਬਿੰਤ ਹੈ ਸਾਡਾ ਪਿਆਰ ਮੁਹੱਬਤ ਹੈ ਤੇ ਬਾਕੀ ਜਿਹੜੀ ਵੀਡੀਓ ਬਣਾਉਂਦੇ ਪਏ ਆ ਇਹ ਇਨਸ਼ਾਅੱਲਾ ਤੁਸੀਂ ਕੋਈ ਲਾਈਕ ਵੀ ਕਰਸੋ ਕਮੈਂਟ ਤੇ ਅਗਾ ਸਬਸਕ੍ਰਾਈਬ ਵੀ ਕਰਸੋ ਆਪਣੇ ਦੋਸਤਾਂ ਚ ਮੇਰੀ ਬਾਹ ਥੱਕ ਗਈ ਹੈ ਮੈਂ ਹੱਥ ਚੇਂਜ ਕਰਕੇ ਤੇ ਉਹ ਤੋਂ ਬਾਅਦ ਵੇਲਾ ਮੁੰਡਾ ਸਾਡਾ ਦੋਸਤ ਹੈ ਦੁਸ਼ਮਣ ਨਹੀਂ ਸਾਡੇ ਵਸੇਬ ਦਾ ਹੈ ਸਾਡੇ ਸਰੈਕੀ ਕਲਚਰ ਦਾ ਭਰਾ ਹੈ ਲੇਕਿਨ ਉਹ ਕੋਈ ਵੀ ਨਾਈ ਕਰਨੀ ਚਾਹੀਦੀ ਲੇਕਿਨ ਹੁਣੇ ਅਗਰ ਮੇਰੀ ਵੀਡੀਓ ਦੇਖਦਾ ਬੈਠੇ ਤਾਂ ਉਕੂ ਆਮਣੀ ਚਾਹੀਦੀ ਉਹ ਕੋ ਖੁਦ ਬਖੋਦ ਉਕੂ ਸਮਝ ਆਵਣੀ ਚਾਹੀਦੀ ਕਿ ਯਾਰ ਐਸਾ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ ਠੀਕ ਹੈ ਐਸਾ ਤੇ ਨਾਲ ਵਲਾਗਸ ਬਣਾਵਣਾ ਐਸੇ ਇੱਕ ਆਪਣੇ ਵਸੇਬ ਦਾ ਭਾਈ ਸਮਝ ਕੇ ਐਸੇ ਯਾਰ ਸਾਡੇ ਵਸੇਬ ਦਾ ਭਾਈ ਹੈ ਫੈਮਸ ਹੈ ਮਸ਼ਹੂਰ ਹੈ ਉਹਦੇ ਨਾਲ ਅਸਾਂ ਚਲੋ ਕੋਈ ਦੁਆ ਸਲਾਮਿਕ ਕਰਾਸੂ ਇੱਕ ਆਦੀ ਵੀਡੀਓ ਬਣਾਸੂ ਹੋ ਸਕਦੇ ਛੋਟੇ ਅਸਾਂ ਯੂਜ਼ਰ ਹੈ ਥੀ ਸਕਦੇ ਅਸਾਂ ਉਹਨਾਂ ਦੇ ਨਾਲ ਬੜਾ ਮਤਲਬ ਕੋਤੂ ਤੇ ਥੀ ਵੰਜੂ ਥੋੜਾ ਜਿਹਾ ਸਾਡਾ ਚਾਂਸ ਬਣ ਪਵੇ ਕਿ ਸਾਡਾ ਚੈਨਲ ਰੈਂਕਿੰਗ ਚ ਆ ਬੰਜੇ ਲੇਕਿਨ ਅਸਾਂ ਕੋ ਨੀ ਕੀਤਾ ਤਾਂ ਦੋਸਤੋ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਕੋਈ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਵੇ ਅਗਰ ਬੁਰੀ ਲੱਗੇ ਤਾਂ ਵੀ ਸਾਕੂ ਕਮੈਂਟ ਦੱਸਣਾ ਵੇ ਕਿ ਸਾਕੂ ਇਹ ਵੀਡੀਓ ਬਣਾਉਣੀ ਚਾਹੀਦੀ ਆ ਯਾ ਨਹੀਂ ਚਾਹੀਦੀ ਤਾਂ ਇਨਸ਼ਾਅੱਲਾ ਮਿਲਸੂ ਨਵੀਂ ਵੀਡੀਓ ਦੇ ਨਾਲ ਤਬ ਤੱਕ ਕੇ ਲਈ ਅੱਲਾ ਹਾਫਿਜ਼ ਆਪਣਾ ਖਿਆਲ ਰੱਖਸੋ ਆਪਣੇ ਸੋਨੇ ਪਾਕਿਸਤਾਨ ਦਾ ਖਿਆਲ ਰੱਖਸੋ ਤਾਂ ਸ਼ਹਜ਼ਾਦ ਭਾਈ ਤੁਸੀਂ ਹੁਣ ਵੀ ਸਾਡੇ ਬਰਾਏ ਵੇ ਪਹਿਲੇ ਬਰਾਏ ਸਾਡੀ ਤੁਹਾਨੂੰ ਕੋਈ ਜ਼ਾਤੀ ਦੁਸ਼ਮਣੀ ਨਹੀਂ ਅਸਾ ਇੱਕ ਵੀਡੀਓ ਬਣਾਈਏ ਸਿਰਫ ਤੈਕੂ ਇਹ ਦੱਸਣ ਵਾਸਤੇ ਕਿ ਤੂੰ ਇਵੇਂ ਨਾਕੀਤਾ ਕਰ ਇਨਸਾਨ ਨਾਲ ਇਨਸਾਨ ਦੀ ਕਦਰ ਕੀਤੇ ਕਰ ਅੱਲਾ ਤਾਲਾ ਬੜਾ ਬੇਨਿਆਜ਼ ਹੈ ਉਹ ਪਕੜੇ ਤੈ ਮੇ ਪਕਰ ਸਕਦੇ ਇਵੇਂ ਕਰਦੇ ਸ ਇਵੇਂ ਠੀਕ ਹੈ ਨਾ